ਬੰਦੇ ਮਤਲਬ ਹੈ ਪੰਡਿਤ ਜਿਹੜੇ ਸੰਤ ਬਣਾ ਕੇ ਸਿੱਖਾਂ 'ਚ ਵੜ ਇੱਧਰ ਕਰਦੇ, ਇਹ ਧਰਮ ਨਿਕਲਿਆ ਸੀ ਇਹਦੇ ਵਿੱਚੋਂ, ਇਹਨੂੰ ਰੋਕ ਸਿੱਖੀ ਨੂੰ ਰੋਕਣ ਵਾਸਤੇ ਸੀ, ਸਿੱਖੀ ਦਾ ਪ੍ਰਚਾਰ ਵਾਸਤੇ ਨਹੀਂ, ਸੰਤ ਸਾਰੇ ਸਿੱਖੀ ਨੂੰ ਰੋਕਣ ਵਾਸਤੇ ਆਏ, ਨਹੀਂ ਤਾਂ ਫਿਰ ਜਿੱਥੇ ਮਰਜ਼ੀ ਗੱਲ ਕਰ ਲੈਣ। ਜੇ ਮੈਂ ਕੁਛ ਗੱਲ ਕਰਨਾ ਜਿੱਥੇ ਮਰਜ਼ੀ ਗੱਲ ਕਰਨ, ਟੈਲੀਵਿਜ਼ਨ 'ਤੇ ਕਰਨ, ਜਿੱਥੇ ਮਰਜ਼ੀ ਕਰਨ, 10 ਲੱਖ ਆਦਮੀ ਇਕੱਠਾ ਕਰਕੇ ਗੱਲ ਕਰ, ਸਾਰੇ ਸਿੱਖੀ ਨੂੰ ਰੋਕਣ ਵਾਲੇ ਨੇ ਇੱਕ ਵਾਰੀ। ਬਥੇਰੇ ਕੁੱਟੇ ਨੇ ਅਸੀਂ ਸੰਤ, ਮੈਂ ਜਾਂ ਬੁੱਢੇ ਦੱਸ ਰਿਹਾ, ਸੰਗਲ ਲਾਲਾ ਕੁੱਟੇ ਨੇ, ਤਾਂ ਹੁਣੇ ਵਧੇ ਨੇ 20-30 ਸਾਲ 'ਤੇ, ਮੈਂ 40 ਸਾਲ ਪੁਰਾਣੀ ਗੱਲ ਕਰਦਾ। ਜਿਹਦੀਆਂ ਗੱਲਾਂ ਕਰਦੇ ਨੇ ਨਾ, ਚੂ ਨਹੀਂ ਕੀਤੀ ਕਿਸੇ ਨੇ ਉਸ ਵੇਲੇ, ਅਸੀਂ ਸੰਗਲ ਲਾ ਲੈਂਦੇ ਜਾ ਕੇ, ਜਿਹਨਾਂ ਨੂੰ ਹੁਣ ਹਾਈਲਾਈਟ ਕਰਦੇ ਨੇ ਗੁਰੂ ਨਾਨਕ ਦੇ ਦਰਸ਼ਨ ਹੋਏ, ਉਦੋਂ ਕਹਿੰਦੇ ਸੰਗਲ ਲਾ ਲੈਂਦੇ ਜਾ ਕੇ, ਉਦੋਂ ਕਹਿੰਦੇ, ਇਹ ਤਾਂ ਹੁਣ ਕਹਿਣ ਲੱਗ ਗਏ 20 ਸਾਲ 'ਤੇ 30 ਸਾਲ 'ਤੇ 45 ਸਾਲ ਦਾ, 40 ਸਾਲ ਦਾ ਤਾਂ ਮੇਰਾ ਬੁੱਢਾ ਦਲ ਛੱਡਿਆ ਹੈ। 67 ਦੇ ਵੀ ਛੱਡਤਾ, 40 ਸਾਲ ਹੋਏ ਗਏ, 42 ਸਾਲ ਹੋਏ ਗਏ ਨਾ, ਅਤੇ ਜਿੱਦੀ ਗੱਲ ਕਰਦਾ ਉਦੋਂ ਪਹਿਲਾਂ ਦੀ ਗੱਲ ਕਰਦਾ, 67 ਤਾਂ ਮੈਂ ਛੱਡਤਾ, ਉਦੋਂ ਪਹਿਲਾਂ ਦੀ ਗੱਲ ਕਰਦਾ। ਸੰਗਲ ਲਾਲਾ ਕੁੱਟੇ ਨੇ ਅਸੀਂ, ਇੱਕ ਸੰਤ ਨਹੀਂ ਸੀ ਜਿਹੜਾ ਚੂਕ ਕਰ ਜਾਂਦਾ, ਇਹ ਤਾਂ ਫੇਰ ਵਸਦੇ ਨੇ ਜਾਂ ਅਸੀਂ ਪਿੱਛੇ ਹਟ ਗਏ। ਕੰਟਰੋਲ ਬੁੱਢੇ ਦਲ ਨੇ ਰੱਖਿਆ ਨਾ ਸੰਤਾਂ 'ਤੇ, ਇਹ ਅਕਾਲੀ ਰੱਖ ਲੈਂਦੇ ਕੰਟਰੋਲ, ਜਦ ਤਾਂ ਅਸੀਂ ਕੰਟਰੋਲ ਛੱਡਤਾ ਸਾਰੇ ਥਾਂ ਥਾਂ ਪੈਦਾ ਹੋ ਗਏ, ਸੰਤੇ ਸੰਤ ਪੈਦਾ ਹੋ ਗਏ, ਸਾਡੇ ਸੰਗਲ ਤੋਂ ਡਰਦੇ, 2.5 ਮਣ ਦੀ ਬੇਲ ਸੀ ਬੁਲਾ ਦਿੰਦੇ ਜਾ ਕੇ, ਆਲੇ ਦੁਆਲੇ ਪਿੰਡ ਇਕੱਠੇ ਕਰ ਲੈਂਦੇ, ਚੂ ਨਹੀਂ ਸੀ ਕਰਦਾ ਕੋਈ। ਗੱਲ ਮਾਲਾ ਤਿਲਕ ਲਾਟਨ ਦੋਏ ਧੋਤੀ ਬਸਤਰ ਕਪਾਟਨ, ਰਾਣੇ ਵਾਲਾ ਪੁੱਜੇ ਬਹਿੰਦਾ ਉਹਨਾਂ ਦਾ ਜਹਿਦਾਰ ਜਿਹਾ ਚੱਲਿਆ ਜਾਂਦਾ ਸੀ, ਅਗਿਆਨ ਸਿੰਘ ਨਾ ਕੀ ਨਾਮ ਸੀ ਇਹਦਾ, ਈਸ਼ਰ ਸਿੰਘ, ਜੇ ਆ ਗੱਡਾ ਜਾਂਦਾ ਸੀ ਨਾ ਬੁੱਢਾਦਾਰ ਨਹਿਰ ਨਹਿਰ, ਜੇ ਜਹਿਦਾਰ ਨੇ ਕੁਰਸੀ ਹੁੰਦੀ ਸੀ ਉਦੋਂ ਹੀ, ਉਹ ਬੋਰੀ ਉਸ ਹੁੰਦੀ ਹੋਈ ਸੀ ਉਹਨੂੰ, ਜਾਂ ਫੜ ਗਈ ਪਹਿਲਾਂ ਹੁੰਦੀ ਸੀ ਨਾ ਆਰਾਮ ਕੁਰਸੀ ਜੀ ਕੱਪੜੇ ਵਾਲੀ, ਉਹ ਇਕੱਠੀ ਜੀ ਕਰਕੇ ਰੱਖ ਲੈਂਦੇ ਤੇ ਗੱਡੇ 'ਤੇ, ਉਹ ਕਿਤੇ ਉਹ ਬਹਿ ਜਾਂਦੇ ਤੇ ਥੱਕੇ ਥੁੱਕੇ ਹੋਏ, ਸਿਆਣਾ ਸਰੀਰ ਸੀਗਾ ਉਹ, ਇਹਨਾਂ ਨੇ ਜੇ ਕੁਰਸੀ 'ਤੇ ਬਹਿ ਜਾਣਾ, ਰਾਣੇ ਵਾਲੇ ਨੇ ਆਉਣਾ ਮੁੰਡੇ ਇਹਦੇ ਜਿਹੜੇ ਨਾਲ ਚੇਲੇ, ਉਹਨਾਂ ਨੇ ਕੱਪੜਾ ਵਿਛਾ ਦੇਣਾ, ਉਹਨੇ ਕੱਪੜਾ ਚੱਕ ਕੇ ਪਰੇ ਮਾਰ, ਰਾਣੇ ਵਾਲੇ ਨੇ ਕੱਪੜਾ ਪਰੇ ਮਾਰਨਾ, ਮੁੰਜੇ ਬੈਠੂਗਾ ਇਹਨਾਂ ਦੇ ਸਾਹਮਣੇ, ਮੈਂ ਕੱਪੜੇ 'ਤੇ ਨਹੀਂ ਬਹਿ ਸਕਦਾ। ਅਤੇ ਜਹਿਦਾਰਾਂ ਦੇ ਜਹਿਦਾਰਾਂ ਨੇ ਕਹਿਣਾ ਮਹਾਰਾਜ ਸੰਤ ਜੀ ਆਓ, ਤੁਸੀਂ ਪਹਿਲਾਂ ਤੁਹਾਨੂੰ ਲਾ ਦਿੰਦੇ ਹਾਂ, ਕੁਰਸੀ ਹੋਰ ਲਿਆ ਦਿੰਦੇ, ਕੁਰਸੀ ਤਾਂ ਖੈਰ ਇੱਕੋ ਸੀ, ਹੋਰ ਰਹੀ ਨਹੀਂ ਸੀ ਉੱਥੇ, ਕਿਹੜਾ ਗਾਹ ਵੀ ਕੋਈ ਵੀ ਹੋਰ ਕੋ ਵਿਛਾ ਦਿਓ ਭਾਈ ਕੱਪੜਾ, ਕੱਪੜੇ 'ਤੇ ਬੈਠੋ, ਕਹਿੰਦੇ ਨਹੀਂ ਤੁਹਾਡੇ ਸਾਹਮਣੇ ਮੈਂ ਨਹੀਂ ਬੈਠਾ, ਬਹਿਦਾ ਨਹੀਂ ਸੀ ਹੁਣ ਦੇ ਲੈ, ਸਾਰੇ ਉਤਾਰੇ ਨੇ ਘੱਟ ਕੋਈ ਵੀ ਨਹੀਂ ਹੈ, ਹੁਣ ਜਰਗ ਸਾਹਿਬ ਹੈ ਉਹਦਾ ਚੇਲੇ ਦਾ ਬਣਾਇਆ ਹੋਇਆ ਗੁਰਦੁਆਰਾ ਜਰਗ ਸਾਹਿਬ, ਸਾਹਿਬ 'ਤੇ ਘੱਟ ਕੁਛ ਵੀ ਨਹੀਂ, ਕੰਟਰੋਲ ਨਹੀਂ ਨਾ ਹੈ। ਜੇ ਜਾਣਸ ਬ੍ਰਹਮੰ ਕਰਮੰ, ਜੇ ਜਾਣਸ ਬ੍ਰਹਮੰ ਕਰਮੰ, ਜੇ ਕੋਈ ਬ੍ਰਹਮ ਦੀ ਕਿਰਪਾ ਨੂੰ ਸਮਝਦਾ ਹੋਵੇ, ਜਾਣਦਾ ਹੋਵੇ ਵੀ ਜੇ ਕੁਛ ਪ੍ਰਾਪਤੀ ਹੋਣੀ ਹੈ ਬ੍ਰਹਮ ਦੀ ਕਿਰਪਾ ਨਾਲ ਹੋਣੀ ਹੈ, ਕਰਮ ਨਹੀਂ ਹੁੰਦਾ ਬ੍ਰਹਮਾ ਕਰਮ ਨਹੀਂ ਕਰਦਾ, ਬ੍ਰਹਮਾ ਦਾ ਦੇਹਧਾਰੀ ਹੁੰਦਾ ਹੀ ਨਹੀਂ, ਉਹਦਾ ਕਰਮ ਕੀ ਹੁੰਦਾ। ਬ੍ਰਹਮ ਕਰਮੰਗ ਦਾ ਮਤਲਬ ਹੈ ਬ੍ਰਹਮ ਤਾਂ ਕਿਰਪਾ ਹੀ ਕਰ ਸਕਦਾ ਹੈ, ਪਰਮੇਸ਼ਰ ਤਾਂ ਕਿਰਪਾ ਹੀ ਕਰ ਸਕਦਾ, ਕੋਈ ਜਿਹਦੀ ਸਰੀਰ ਹੈ ਨਹੀਂ ਉਹ ਕਰਮ ਕੀ ਕਰੂਗਾ, ਉਹ ਤਾਂ ਕਿਰਪਾ ਕਰ ਸਕਦਾ। ਇਹ ਕਰਮ ਦਾ ਮਤਲਬ ਕਿਰਪਾ ਹੈ, ਅਸੀਂ ਕਿਰਪਾ ਹਾਸਲ ਕਰਨੀ ਹੈ ਗੁਰ ਕਿਰਪਾ 'ਤੇ ਜਾਣਿਆ, ਕਿਰਪਾ ਹੀ ਆ ਨਾ, ਕਿਰਪਾ ਕਿਵੇਂ ਹਾਸਲ ਹੋਊਗੀ, ਕਿਰਪਾ ਉਹਦਾ ਭਾਣਾ ਮੰਨਣ 'ਚ, ਉਹਦਾ ਹੁਕਮ ਮੰਨਣ 'ਚ। ਜੇ ਕਿਸੇ ਆਪਣੇ ਸੀਨੀਅਰ ਅਫਸਰ ਦੀ ਕਿਰਪਾ ਦੇ ਪਾਤਰ ਬਣਨਾ ਤੁਸੀਂ, ਤਾਂ ਉਹਦੇ ਹਰ ਹੁਕਮ ਨੂੰ ਸਰਬੱਥੇ ਮੰਨੋ, ਇਹੀ ਗੱਲ ਹੈ, ਤਾਂ ਹੀ ਖੁਸ਼ ਰਹੂ। ਜੇ ਤੁਸੀਂ ਉਹਦਾ ਓਵੇਅਰ ਹੀ ਕਰਦੇ ਔਡਰ ਨੂੰ, ਅੱਗੋਂ ਤੁਸੀਂ ਨੁਕਤਾਚੀਨੀ ਕਰਦੇ ਹੋ, ਕਿਆ ਮੰਨ ਲੈਂਦੇ ਹੋ, ਅੰਦਰੋਂ ਦੁਖੀ ਹੋ ਕੇ ਮੰਨਦੇ ਹੋ, ਉਹ ਵੀ ਜਾਣਦਾ, ਉਹ ਕਿਤੇ ਭੁੱਲਿਆ ਹੋਇਆ।
ਵੀ ਮੇਰਾ ਮੰਨਦਾ ਤਾਂ ਹੈ ਪਰ ਦੁਖੀ ਹੋ ਕੇ ਮੰਨਦਾ ਹੈ, ਖੁਸ਼ੀ ਨਾਲ ਮੰਨਦਾ, ਕਿਵੇਂ ਮੰਨਦਾ? ਕਿਰਪਾ ਵਾਸਤੇ ਉਹਦਾ ਜਿਹੜਾ ਭਾਣਾ ਹੈ ਪਰਮੇਸ਼ਰ ਦਾ, ਉਹ ਖੁੜੇ ਮੱਥੇ ਮਿੱਠਾ ਕਰਕੇ ਮੰਨਣਾ ਜਿਹੜਾ ਕਿਹਾ, ਉਹ ਤਾਂ ਕਿਰਪਾ ਹੁੰਦੀ ਹੈ, ਵਰਨਾ ਕਿਰਪਾ ਨਹੀਂ ਹੋ ਸਕਦੀ। ਪਾਣੇ ਨੂੰ ਮਿੱਠਾ ਕਰਕੇ ਮੰਨਣਾ, ਕਿਸੇ ਦੇ ਅਹਿਸਾਨ ਨਹੀਂ ਕਰਨਾ, ਕਿਰਪਾ ਹਾਸਲ ਕਰਨ ਵਾਸਤੇ ਜ਼ਰੂਰੀ ਹੈ ਉਹ। ਜੇ ਕੋਈ ਸੌਦਾ ਦੁਕਾਨ ਤੋਂ ਲਿਆਉਣਾ ਤਾਂ ਪੈਸੇ ਦੇਣੇ ਪੈਣਗੇ, ਉਹਦਾ ਮੁੱਲ ਤਾਂ ਲੈਣਾ ਪਊਗਾ, ਤਾਂ ਹੀ ਮਿਲੂਗਾ। ਇਹ ਮੁੱਲ ਲੈ ਕਿਰਪਾ ਦਾ, ਕਿਰਪਾ ਮੁੱਲ ਨੂੰ ਮਿਲਦੀ ਹੈ? ਕੁਛ ਵੀ ਨਹੀਂ ਮੁਫ਼ਤ ਮਿਲਦਾ ਕਿਤੋਂ। ਮਨ ਦੇ ਰਾਮ ਲਿਓ ਹੈ ਬੋਲ, ਤੇ ਰਾਮ ਬੋਲ ਲਿਆ ਦਮਨ ਦੇ ਕੇ ਲਿਆ, ਤੇ ਕਿਰਪਾ ਹਾਸਲ ਕੀਤੀ ਹੈ, ਭਾਣਾ ਮੰਨ ਕੇ ਕੀਤੀ ਹੈ। ਕੁਛ ਦੇ ਕੇ ਹੀ ਕੁਛ ਲਿਆ ਜਾ ਸਕਦਾ ਹੈ। ਔਗਣ ਛੱਡ ਕੇ ਗੁਣ ਆਉਂਦੇ ਨੇ, ਔਗਣ ਛੱਡ ਕੇ ਗੁਣ ਆਉਣਗੇ ਨਾ, ਛੱਡਣ ਨੂੰ ਤਿਆਰ ਨਹੀਂ ਕੋਈ। ਛੱਡਣ ਲੋਭ ਔਗਣ ਹੈ, ਛੱਡ ਛੱਡੇ ਤਾਂ ਸਹੀ, ਕੋਈ ਛੱਡਣ ਨੂੰ ਤਿਆਰ ਨਹੀਂ। ਕ੍ਰੋਧ ਔਗਣ ਹੈ, ਛੱਡਣ ਨੂੰ ਤਿਆਰ ਨਹੀਂ। ਉਹ ਔਗਣ ਹੈ, ਛੱਡਣ ਨੂੰ ਤਿਆਰ ਨਹੀਂ। ਇਹਨਾਂ ਦੇ ਵੱਟੇ ਹੀ ਆਉਣਾ ਜੋ ਕੁਛ ਆਉਣਾ। ਜੇ ਜਾਣਸ ਬਰਮ ਕਰਮੰ ਸਭ ਫੋਕਟ ਨਿਸ਼ਚੋ ਕਰਮ, ਨਿਸ਼ਚੋ ਕਰਮ ਇਹ ਜਿਹੜੇ ਕਰਮਾਂ 'ਤੇ ਭਰੋਸਾ ਕਰੀ ਫਿਰਦੇ ਹੋ ਨਾ ਤੁਸੀਂ ਦੂਜਿਆਂ 'ਤੇ, ਕਰਮ ਕਾਢਾਂ 'ਤੇ, ਜੇ ਬ੍ਰਹਮ ਦੀ ਕਿਰਪਾ ਨੂੰ ਜਾਣ ਲਈਏ ਸਾਰੇ ਫੋਕੇ ਨੇ, ਇਹਨਾਂ 'ਚ ਧਰਮਾਂ 'ਚ ਕੁਛ ਵੀ ਨਹੀਂ ਰੱਖਿਆ ਹੋਇਆ, ਇਹ ਕਰਮ ਕਾਢਾਂ 'ਚ ਕੁਛ ਵੀ ਨਹੀਂ ਰੱਖਿਆ ਹੋਇਆ। ਇਹ ਨਿਸ਼ਚੋ ਕਰਕੇ, ਯਕੀਨ ਕਰਕੇ ਗੱਲ ਮੰਨ ਲਓ ਕਿ ਇਹਨਾਂ 'ਚ ਕੱਖ ਵੀ ਨਹੀਂ ਹੈ, ਕੁਛ ਨਹੀਂ ਹੈ ਇਹਨਾਂ ਦੇ ਵਿੱਚ, ਫੋਕਟ ਨੇ ਸਾਰੇ ਫੋਕਟ। ਕਰਮ ਧਰਮ ਕਛੂ ਫਲ ਨਾ ਹੈ, ਸਭ ਫੋਕੇ ਨੇ, ਪਰ ਦੁਨੀਆਂ ਫਿਰ ਵੀ ਕਰ ਰਹੀ ਹੈ, ਔਰ ਇਹੀ ਸੰਤ ਕਰਾ ਰਹੇ ਨੇ। ਆਹ ਬਾਣੀ ਦੀ ਵਿਆਖਿਆ ਕੌਣ ਕਰ ਰਿਹਾ? ਇਹ ਨਹੀਂ ਕਰ ਰਿਹਾ, ਫਿਰ ਕਰਾ ਕੀ ਰਹੇ ਨੇ ਫੋਕੇ? ਜੇ ਕੁਛ ਆਹ ਜੋ ਕੁਛ ਆਪਾਂ ਦੇਖਦੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਜੇ ਕੁਛ ਇਹ ਨਹੀਂ ਕਰ ਰਹੇ ਫਿਰ ਬਾਕੀ ਕੀ ਕਰ ਰਹੇ ਨੇ? ਬਾਕੀ ਤਾਂ ਸਭ ਕੁਛ ਕਰ ਰਹੇ ਨੇ, ਫੋਕਾ ਹੀ ਹੈ। ਆ ਜਿਹੜੀਆਂ ਮਾਲਾ ਦੇਈ ਜਾਂਦੇ ਨੇ ਸੰਤ ਫੋਕਾ ਕਰਮ ਦੀ, ਤਾਂ ਹੋਰ ਕੀ ਹੈ? ਕਿਉਂ ਦਿੰਦੇ ਨੇ ਮਾਲਾ? ਕਿੱਥੇ ਦੇਖਿਆ ਗੁਰਬਾਣੀ 'ਚ ਮਾਲਾ? ਜਿਹੜੇ ਮਾਲਾ ਫੇਰਨ ਵਾਲੇ ਨੇ ਉਹ ਪਤਾ ਕੌਣ ਨੇ? ਉਹ ਲੋਕ ਨੇ ਜਿਹੜੇ ਰੱਬ ਨੂੰ ਆਪਣੇ ਵਸ 'ਚ ਕਰਨਾ ਚਾਹੁੰਦੇ ਨੇ, ਆਪਣੇ ਮਨ ਨੂੰ ਨਹੀਂ ਵਸ ਕਰਨਾ ਚਾਹੁੰਦੇ, ਆਪਣੇ ਅਨੁਸਾਰ ਚਾਹੁੰਦੇ ਨੇ ਵੀ ਰੱਬ ਚੱਲੇ ਮੇਰੇ ਅਨੁਸਾਰ, ਕੁਦਰਤ ਚੱਲੇ। ਉਹ ਵਰ ਦਿੰਦੇ ਨੇ, ਸਰਾਫ ਦਿੰਦੇ ਨੇ, ਧਾਗੇ ਤਬੀਦ ਕਰਦੇ ਨੇ, ਕੀ ਭਾਣਾ ਮੋੜਦੇ ਨੇ, ਭਾਣੇ ਦੀ ਮੁਖਾਲਫਤ ਕਰਦੇ ਨੇ। ਭਾਣਾ ਮੰਨਣ ਵਾਲੇ ਨਹੀਂ ਹਨ, ਉਹ ਆਪਣੇ ਭਾਣੇ ਚੱਲਣ ਵਾਲੇ, ਆਪਣੇ ਭਾਣੇ ਚਲਾਉਣ ਵਾਲੇ ਨੇ। ਉਹ ਤਾਂ ਵਿਰੋਧੀ ਨੇ, ਅਪਰਾਧੀ ਨੇ, ਉਹਦਾ ਸਾਰੇ ਗੱਲ ਤਾਂ ਕਰਨ ਆ ਕੇ ਮੈਦਾਨ 'ਚ, ਅਪਰਾਧੀ ਕਿਉਂ ਨਹੀਂ ਹਨ? ਲੋਕਾਂ ਨੂੰ ਨਹੀਂ ਪਤਾ ਅਪਰਾਧੀ ਨੇ, ਹੈ ਅਪਰਾਧੀ, ਗੁਰਬਾਣੀ ਅਪਰਾਧੀ ਕਹਿੰਦੀ ਉਹਨਾਂ ਨੂੰ। ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਅਪਰਾਧੀ ਨੇ, ਗੁਰਮੁਖਾਂ ਦੇ ਦ੍ਰਿਸ਼ਟੀਕੋਣ ਤੋਂ ਅਪਰਾਧੀ ਨੇ ਸਾਰੇ। ਜੋ ਆਦਮੀ ਭਾਣੇ ਦੇ ਖਿਲਾਫ ਕੋਸ਼ਿਸ਼ ਕਰਦਾ ਹੈ, ਕੁਛ ਵੀ ਖਿਆਲ ਵੀ ਉਹਦੇ ਅੰਦਰ ਆਉਂਦਾ ਭਾਣੇ ਦੇ ਖਿਲਾਫ, ਕੋਈ ਖਿਆਲ ਪੈਦਾ ਹੁੰਦਾ, ਉਹ ਵੀ ਪਾਪ ਹੈ। ਮਨਸਾ ਪਾਪ ਕਹਿੰਦੇ ਨੇ ਉਹਨੂੰ, ਵੇਦ ਵਿੱਚ ਜਿਹਨੂੰ ਮਨਸਾ ਪਾਪ ਮੰਨਿਆ ਹੋਇਆ। ਜੇ ਇੱਛਾ ਪੈਦਾ ਹੋ ਗਈ ਭਾਣੇ ਦੇ ਖਿਲਾਫ, ਉਹ ਵੀ ਪਾਪ ਹੈ। ਚਾਹੇ ਪ੍ਰੈਕਟੀਕਲੀ ਅਸੀਂ